ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਸਵਾਗਤ ਹੈ ਮੈਂ ਹਾ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਖਬਰ ਜਿਹੜੇ ਉੱਪਰ ਕੱਲ੍ਹ ਦੀਆਂ ਸਭ ਦੀਆਂ ਨਜ਼ਰਾਂ ਵੀ ਟਿਕੀਆਂ ਸੀ ਗਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਤੋਹਫਾ ਦਿੱਤਾ ਗਿਆ દિਵਾਲੀ ਦਾ ਬਿਜਲੀ ਸਸਤੀ ਹੋਈ ਹੈ ਇਹਦਾ ਵਿਰੋਧ ਵੀ ਹੋ ਰਿਹਾ ਇੱਕ ਸੂਬੇ ਦੇ ਅਗਰਮંત્રી ਨੂੰ ਗ੍ਰਿਫਤਾਰ ਕੀਤਾ ਗਿਆ ਉਹਦਾ ਕਾਰਨ ਕੀ ਹੈ ਹੋਰ ਵੀ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ ਦਾ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਪੰਨੂ ਸਾਹਿਬ ਬਿਜਲੀ ਤੇ ਪੰਜਾਬ ਦੇ ਵਿੱਚ ਹੁਣ ਸਾਰੇ ਦੇਸ਼ ਤੋਂ ਬਿਜਲੀ ਹੋਗੀ ਸਭ ਤੋਂ ਸਸਤੀ ਇਹਦਾ ਵਿਰੋਧ ਵੀ ਹੋਣ ਲੱਗ ਪਿਆ ਕਿਉਂਕਿ ਪਾਵਰ ਕਾਮ ਦੇ ਉੱਪਰ ਪਹਿਲਾਂ ਹੀ ਬਹੁਤ ਭਾਰ ਹੈ ਪਰ ਤੁਸੀਂ ਇਸ ਤੋਫੇ ਨੂੰ ਕਿਵੇਂ ਦੇਖਦੇ ਆ ਵਿਰੋਧ ਨਵਜੋਤ ਸਿੰਘ ਸਿੱਧੂ ਨੇ ਕਰਤਾ ਜੀ ਕੁਝ ਬੰਦੇ ਨਾ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਵਿਰੋਧ ਕਰਨਾ ਜੀ ਉਹ ਬਾਹਰ ਦਾ ਕੋਈ ਕਰੇ ਤਾਂ ਵੀ ਵਿਰੋਧ ਕਰਦੇ ਕਰਦਾ ਕੋਈ ਕਰੇ ਤੇ ਤਾਂ ਵੀ ਵਿਰੋਧ ਕਰਦੇ ਆ ਇੱਕ ਮੁੰਡਾ ਇੰਟਰਵਿਊ ਦੇਣ ਗਿਆ ਸੀ ਉਹਨੇ ਆਖਿਆ ਤੂੰ ਆਪੋਜੀਟ ਵਰਡਸ ਬੋਲਨੇ ਆ ਕਹਿੰਦਾ ਠੀਕ ਹੈ ਜੀ ਉਹ ਕਹਿੰਦੇ ਮੈਨ ਵੂਮਨ ਸਮਰ ਕਹਿੰਦਾ ਵਿੰਟਰ ਕਹਿੰਦਾ ਡੇ ਉਹ ਕਹਿੰਦੇ ਨਾਈਟ ਦੋ ਤਿੰਨ ਹੋਰ ਪੁੱਛੇ ਉਹਨਾਂ ਨੇ ਫਿਰ ਕਹਿੰਦੇ ਓਕੇ ਯੂ ਆਰ ਸਿਲੇਕਟਡ ਕਹਿੰਦਾ ਨੋ ਆਈ ਏਮ ਰਿਜੈਕਟਡ ਤੇ ਉਹਨਾਂ ਨੇ ਕਿਹਾ ਜਾ ਕਰਨ ਚੱਲ ਜਾ ਸਾਡਾ ਨਵਜੋਤ ਸਿੰਘ ਸਿੱਧੂ ਲਗਭਗ ਉੱਥੇ ਪਹੁੰਚ ਗਿਆ ਹਰ ਗੱਲ ਤੇ ਵਿਰੋਸਾ ਕਰਤ ਉਹਦੀ ਪਾਰਟੀ ਨੇ ਚੋਣਾਂ ਵਾਸਤੇ ਜੇ ਕੁਝ ਕੀਤਾ ਕੱਲ ਉਹਨਾਂ ਨੇ ਗਰੀਬਾਂ ਦੇ ਦੇ ਬਿਜਲੀ ਦੇ ਬਿੱਲ ਉਹ ਘਟਾਏ ਮੱਧ ਵਰਗ ਦੇ ਵੀ ਨਾਲ ਘਟਾ ਦੇ ਜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਲੋਕਾਂ ਤੋਂ ਅਸੀਂ ਸਰਵੇ ਕਰਾਇਆ ਲੋਕ ਕਹਿੰਦੇ ਜੀ ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ ਸਸਤੀ ਦੇ ਦਿਓ ਪਰ ਦਿਓ ਜ਼ਰੂਰ ਕਿ ਅਸੀਂ ਦੇਣ ਦਾ ਯਤਨ ਕਰਾਂਗੇ ਜੋ ਦੇਣ ਦਾ ਯਤਨ ਕਰ ਰਿਹਾ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਉੱਥੇ ਕਾਂਗਰਸ ਭਵਨ 'ਚ ਬਹਿ ਕੇ ਇੱਕ ਹਿੰਦੂ ਮਹਾਸਭਾ ਨਵੀਂ ਉੱਠੀ ਹੈ ਮੈਨੂੰ ਨਹੀਂ ਪਤਾ ਕਿਹੜੀ ਆ। ਇੱਕ ਹਿੰਦੂ ਮਹਾਸਭਾ ਉਹ ਹੁੰਦੀ ਸੀ ਜਿਹਦੇ ਵਿੱਚੋਂ ਪਹਿਲਾ ਭਾਰਤੀ ਜਨ ਸੰਗ ਜੰਮਿਆ। ਉਹਨੂੰ ਉੱਤੋਂ ਹਿੰਦੂ ਮਹਾਸਭਾ ਦੀ ਧੀ ਗਣ ਲੋ। ਤੇ ਭਾਰਤੀ ਜਨ ਸੰਗ ਤੋਂ ਬਾਅਦ ਮੁੜ ਕੇ ਭਾਰਤੀ ਜਨਤਾ ਪਾਰਟੀ ਜੰਮ ਪਈ ਇਹਨੂੰ ਉਹਦੀ ਦੋਤੀ ਸਮਝ ਲਓ। ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਾਨੀ ਸੀ ਹਿੰਦੂ ਮਹਾਸਭਾ ਉਹ ਤੇ ਪਿਛੇ ਰਹਿ ਗਈ। ਹੁਣ ਇੱਕ ਹੋਰ ਮਹਾਸਭਾ ਚਲੀ ਗਈ ਆ ਉਹਦੇ ਕੋਲੇ ਬੋਲਿਆ। ਬੋਲਣ ਲੱਗਿਆ ਸਾਰੀ ਤਕਰੀਰ। ਜੋ ਕੁਝ ਨੇ ਆਖਿਆ ਪਾਰਟੀਆਂ ਲੋਕਾਂ ਨੂੰ ਲਾਲੀ ਪਾਪ ਬਣਦੀਆਂ ਚੋਣਾਂ ਨੇ ਜਾ ਕੇ ਕਰਦੀਆਂ ਹੁਣ ਕਹਿੰਦੇ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਨਹੀਂਗਾ ਹੁਣ ਭਰਿਆ ਪਿਆ ਨਾ ਕਿਸੇ ਦਾ ਲਿਆਦੀ ਪਰ ਸਾਫ਼ ਹੀ ਕਹਿਤਾ ਪਹਿਲਾਂ ਕਹਿੰਦੇ ਸੀ ਖਾਲੀ ਹੁਣ ਕਹਿੰਦੇ ਭਰਿਆ ਪਿਆ ਜੇ ਭਰਿਆ ਦੇ ਪੈਨਸ਼ਨਾਂ ਕਿਉਂ ਨਹੀਂ ਜੇ ਦਿੰਦੇ ਜੀ ਜੇ ਭਰਿਆ ਕੱਚੇ ਮੁਲਾਜ਼ਮ ਪੱਕੇ ਕਿਉਂ ਨਹੀਂ ਜੇ ਕਰਦੇ ਆਹ ਗੱਲਾਂ ਉਹ ਨੇ ਜਿਹੜੀਆਂ ਅਸੀਂ ਕਹਿੰਦੇ ਹਟਿਆ ਮੁਲਾਜ਼ਮਾਂ ਨੂੰ ਪੈਨਸ਼ਨਾਂ ਬਣਦੀਆਂ ਦਿਓ ਅਸੀਂ ਕਹਿੰਨੇ ਆ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਜਿਨ੍ਹਾਂ ਨੂੰ 2011 ਦੇ ਵਿੱਚ ਕਾਲੀ ਭਾਜਪਾ ਸਰਕਾਰ ਨੇ ਸਿਲੈਕਟ ਕਰ ਲਿਆ ਇੰਟਰਵਿਊ ਤੋਂ ਬਾਅਦ ਤੇ ਅੱਜ ਤੱਕ ਨੌਕਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਿਲੈਕਟ ਕਰ ਲਿਆ ਨੌਕਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਦਿਓ ਇਹ ਸਭ ਤੇ ਅਸੀਂ ਵੀ ਕਹਿੰਦੇ ਆ ਪਰ ਤੁਸੀਂ ਜੋ ਕੁਝ ਕਰਨਾ ਆਪੋ ਚੰਦਰਪਿਆ ਕੇ ਕਰੋ ਜੇ ਤੁਹਾਡੀ ਤੈਅ ਨਹੀਂ ਬਿੰਦੀ ਪਹਿਲਾਂ ਤੁਹਾਡੇ ਕੋ ਹਰੀਸ਼ रावत ਹੁੰਦਾ ਸੀ ਹੁਣ ਹਰੀਸ਼ ਚੌਧਰੀਆ ਹੈ ਤੇ ਹਰੀਸ਼ ਹੀ ਆ ਜੀ ਉਹਨੂੰ ਬਟਾਲੋ ਏ ਹਰੀ ਈਸ਼ਵਰ ਹਰੀਸ਼ ਮਹਾਰਾਜ ਤੁਸੀਂ ਆਓ ਸਾਡਾ ਫੈਸਲਾ ਕਰਾਓ ਉਹ ਤੇ ਕਰਾਉਂਦੇ ਨਹੀਂ ਇੱਥੇ ਆਪੋ ਚ ਲੜਦੇ ਨੇ ਮਗਰੋਂ ਪਤਾ ਨਹੀਂ ਕੀਤੇ ਪਾਪ ਡਰਾਉਂਦੇ ਆ ਉਹ ਪਹਾੜੀਆਂ ਤੇ ਚੜਦੇ ਨੇ ਤੇ ਕਦਾਰਨਾਥ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਨੇ ਤੇ ਉੱਥੇ ਜਾ ਕੇ ਮੈਨੂੰ ਨਹੀਂ ਪਤਾ ਕਿ ਉਹ ਸੀਨ ਕਿਹੜਾ ਸੀ ਕਿਹੜਾ ਖਾਸ ਪਾੜ ਤੇ ਜਿੱਥੇ ਜਾ ਕੇ ਫੋਟੋ ਖਚਾਈਆਂ ਨੇ ਅੱਸੋਲੇ ਫੋਟੋ ਚਰਚਾ ਵਿੱਚ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਵਿੱਚ ਹੈ ਤੇ ਨਵਜੋਤ ਸਿੰਘ ਸਿੱਧੂ ਵੀ ਵਿੱਚ ਹੈ ਤੇ ਉਹ ਸਾਰੇ ਜਣੇ ਫੋਟੋ ਕਰਾਉਂਦੇ ਪਏ ਨੇ ਇੱਕ ਦਿਨ ਪਹਿਲਾਂ ਤੁਸੀਂ ਇੱਥੇ ਇੱਕ ਦੂਸਰੇ ਦੇ ਖਿਲਾਫ ਬੋਲਦੇ ਹੋ ਜੀ ਦੂਜੇ ਦਿਨ ਉੱਥੇ ਜਾ ਕੇ ਤੁਸੀਂ ਇਸ ਤਰ੍ਹਾਂ ਫੋਟੋ ਖਿਚਾਉਂਦੇ ਹੋ ਜਿਵੇਂ ਫੌਜੀ ਜਵਾਨ ਕਿਸੇ ਥਾਂ ਦੇ ਉੱਤੇ ਮੋਰਚਾ ਫਤਿਹ ਕਰਨ ਤੇ ਉੱਥੇ ਖਲੋ ਕੇ ਫੋਟੋ ਖਿਚਾਉਂਦੇ ਹੁੰਦੇ ਸਾਨੂੰ ਇਹ ਵੀ ਨਹੀਂ ਪਤਾ ਕਿ ਸਧਾਰਨ ਜਾਂਦਿਆਂ ਕਿਸੇ ਖੜਦੇ ਉੱਤੇ ਵਧੀਆ ਥਾਂ ਵੇਖ ਕੇ ਤੁਸੀਂ ਫੋਟੋ ਖਚਾਈ ਹੈ ਕਿ ਕਿਸੇ ਧਾਰਮਿਕ ਸਥਾਨ ਤੇ ਖਚਾਈ ਹੈ ਕੁਝ ਨਹੀਂ ਪਤਾ ਪਰ ਜੋ ਕਰਨਾ ਜਾਂ ਤਾਂ ਤੁਸੀਂ ਲੜਨਾ ਸ਼ੁਰੂ ਕਰਦੇ ਹੋ ਜਾਂ ਤੁਸੀਂ ਕੁਝ ਆਪਸ ਵਿੱਚ ਸਹਿਮਤੀ ਕਰ ਲਓ ਲੋਕਾਂ ਨੂੰ ਪਤਾ ਤੇ ਲੱਗੇ ਤੁਹਾਡੇ ਆਪਸੀ ਇਸ ਰਫੜ ਦੇ ਵਿੱਚ ਤੁਹਾਡੀ ਪਾਰਟੀ ਡੁੱਬਦੀ ਜਾ ਰਹੀ ਹੈ ਜੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੜਕਾਂ ਮਾਰਦਾ ਅੱਜ ਸਾਡੇ ਪ੍ਰੋਗਰਾਮ ਚ ਚੱਲਦੇ ਤੋਂ ਉਹਦੀ ਅਨਾਉਂਸਮੈਂਟ ਆ ਜਾਵੇ ਜਾਂ ਅੱਧਾ ਘੰਟਾ ਠਹਿਰ ਕੇ ਆ ਜਾਵੇ ਮੇਰੀ ਜਾਣਕਾਰੀ ਹੈ ਕਿ ਅੱਜ ਉਹਨੇ ਪਾਰਟੀ ਦਾ ਨਾਂ ਰੱਖਣ ਬਾਰੇ ਅਨਾਉਂਸਮੈਂਟ ਕਰ ਦੇਣੀ ਹੈ ਸਿਰਫ ਅਨਾਉਂਸਮੈਂਟ ਨਹੀਂ ਕਰਨੀ ਦੂਜੀ ਗੱਲ ਵੀ ਅੱਜ ਉਹਦੇ ਨਾਲ ਕੋਈ ਨਵਾਂ ਐਮਐਲਏ ਨਹੀਂ ਜੁੜਨਾ ਜੀ ਪਰ ਅੰਦਰੇ-ਅੰਦਰ ਤਿਆਰੀ ਜਿਹੜੀ ਹੋ ਗਈ ਆ ਮੇਰੀ ਆਪਣੇ ਜਾਣਕਾਰੀ ਇਹ ਕਹਿੰਦੀ ਆ ਕਿ ਉਹਦੇ ਕੋਲ 10 ਤੋਂ 15 ਤੱਕ ਐਮਐਲਏ ਹੈਗੇ ਨੇ ਉਹਦੇ ਬੰਦੇ 25 ਦਾ ਦਾਵਾ ਕਰਦੇ ਮੈਂ 25 ਤੱਕ ਨਹੀਂ ਜਾਂਦਾ ਮੇਰੀ ਗਣਤੀ ਹੈ ਕਿ 10 ਤੋਂ ਵੱਧ ਨੇ 15 ਤੋਂ ਘਟ ਨੇ ਉਹ 25 ਕਹਿੰਦੇ ਮੈਂ ਪੁੱਛਿਆ ਮੈਂ ਕਿਹਾ ਫਿਰ ਜੀ ਉਹਦੇ ਨਾਲ ਨੇ ਤੇ ਤੁਸੀਂ ਬਾਹਰ ਕਿਉਂ ਨਹੀਂ ਨਿਕਲਦੇ ਚੰਨੀ ਸਰਕਾਰ ਚ ਕਿਉਂ ਬੈਠੇ ਜੀ ਕਹਿੰਦੇ ਜੀ ਜਿੱਦਣ ਅਸੀਂ ਬਾਹਰ ਨਿਕਲਾਏ ਹਲਕੇ ਦੇ ਵਿਕਾਸ ਵਾਸਤੇ ਵੋਟਰਾਂ ਨੂੰ ਲਾਲੀ ਪਾਪ ਦੌਣ ਵਾਸਤੇ ਜਿਹੜੀਆਂ ਗਰੰਟਾ ਚੰਨੀ ਸਾਹਿਬ ਤੇ ਮਨਪ੍ਰੀਤ ਸਿੰਘ ਬਾਦਲ ਕਾਂਗਰਸੀ ਵਿਧਾਇਕਾਂ ਨੂੰ ਦੇ ਰਹੇ ਪਰ ਸਾਡੇ ਬੰਦਿਆਂ ਨੂੰ ਦੇਣੀਆਂ ਨਹੀਂ ਜੀ ਇਹ ਸਾਰੇ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਕੰਟੈਕਟ ਵਿੱਚ ਨੇ ਉਹਦੇ ਸੰਪਰਕ ਵਿੱਚ ਨੇ ਉਹਨਾਂ ਚਿਰ ਸੰਪਰਕ ਵਿੱਚ ਨੇ ਜਦ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਤੇ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਉਹਨਾਂ ਚਿਰ ਤੱਕ ਚੰਨੀ ਸਾਹਿਬ ਨੂੰ ਆਪਣੇ ਹਲਕੇ 'ਚ ਵੀ ਸਦਕੇ ਤੋਂ ਅਨਾਉਂਸਮੈਂਟਾਂ ਕਰਾਉਣਗੇ ਪਰ ਅੰਦਰੋਂ ਪੂਰੀ ਤਿਆਰੀ ਇਹ ਵਿਸਤ੍ਰਿਤ ਸਮੇਟੇ ਪਿਆ ਬੈਗ ਉਹਨਾਂ ਦੇ ਲਵੇਟੇ ਪਿਆ ਉਹ ਕਿਸੇ ਵਕਤ ਵੀ ਉਧਰ ਜਾ ਸਕਦੇ ਆ ਜਦੋਂ ਇਹ ਪਤਾ ਹੋਵੇ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕਦੀ ਪਈ ਹੈ ਤੇ ਫਿਰ ਪੰਜਾਬ ਵਿੱਚ ਲੜਨ ਪਹਾੜਾਂ ਤੇ ਚੜ੍ਹਨ ਤੇ ਉੱਥੇ ਜਾ ਕੇ ਫੋਟੋ ਖਿਚਾਉਣ ਦਾ ਕੀ ਫਾਇਦਾ ਇਹ ਜਾਂ ਲੜ ਲੈਣ ਜਾਂ ਫੋਟੋ ਖਿਚਾ ਲੈਣ ਤੁਮੇ ਕੱਲ ਕੱਠੇ ਨਹੀਂ ਹੋ ਸਕਦੀ ਇਹਨਾਂ ਦੀ ਇਹ ਜੋੜੀ ਨੇ ਜੋ ਕੁਝ ਕੱਲ ਪੰਜਾਬ ਸਰਕਾਰ ਨੇ ਲੋਕਾਂ ਵਾਸਤੇ ਪੇਸ਼ਕਸ਼ਾਂ ਕੀਤੀਆਂ ਸੀ ਉਹ ਸਾਰੀਆਂ ਪੇਸ਼ਕਸ਼ਾਂ ਰੋਲ ਦਿੱਤੀਆਂ ਉਹਦੀ ਥਾਂ ਦੇ ਉੱਤੇ ਰੌਲਾ ਇਹ ਪੈ ਗਿਆ ਕਿ ਮੁੱਖ ਮੰਤਰੀ ਚੰਨੀ ਨੇ ਆ ਐਲਾਨ ਕੀਤੇ ਪੰਜਾਬ ਦੀ ਕੈਬਨਿਟ ਵਿੱਚ ਕੀਤੇ ਤੇ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਚੰਨੀ ਦੀ ਪਾਰਟੀ ਦਾ ਪ੍ਰਧਾਨ ਉਹਨੇ ਬਿਲਕੁਲ ਉਹਦਾ ਨਾਂ ਲੈ ਬਗਰ ਸਾਰਾ ਕੁਝ ਦਾ ਵਿਰੋਧ ਕਰਤਾ ਇਦਾਂ ਜਿਵੇਂ ਪਹਿਲਾਂ ਡਾਂਗ ਚੁੱਕ ਕੇ ਬੈਠਾ ਕਿ ਉਹਨੇ ਘੜਾ ਲਿਖ ਕੇ ਆਉਣਾ ਤੇ ਮੈਂ ਭਰਣਾ ਇਹਦਾ ਕੀ ਫਾਇਦਾ ਕਰ ਗਿਓ ਜਿਹੜੀ ਦਿੱਲੀ ਬੈਠੀ ਹਾਈ ਕਮਾਂਡ ਹੈ ਨਾ ਹਾਈ ਕਮਾਂਡ ਨਾਲ ਲੋਕਮਾਂਡ ਕਿਸੇ ਨੂੰ ਕੋ ਰੁਕਣ ਜੋਗੀ ਨਹੀਂ ਕਿਸੇ ਨੂੰ ਰੋਕਣ ਜੋਗੀ ਨਹੀਂ ਕੱਲੇ-ਕੱਲੇ ਸੜਕਾਂ ਲੇਲਕੜੀਆਂ ਕੀ ਲੈ ਜਾਂਦੇ ਆ ਕੈਪਟਨ ਅਮਰਿੰਦਰ ਸਵਾਲ ਨਾ ਜਾਇਓ ਜੀ ਤੁਹਾਡੇ ਕਹਿਣ ਤੇ ਤਾਂ ਕਿਸੇ ਰੁਕਣਾ ਨਹੀਂ ਅੱਜ ਜਿਹਨਾਂ ਦੇ ਹੱਥ 'ਚ ਪੰਜਾਬ ਦੀ ਵਾਗ ਦਿੱਤੀ ਆ ਪੰਜਾਬ ਦੀ ਕਾਂਗਰਸ ਦੀ ਵਾਗ ਦਿੱਤੀ ਆ ਤੁਸੀਂ ਇਹਨਾਂ ਦੋਨੋਂ ਨੂੰ ਹੀ ਸੱਦ ਕੇ ਬਿਠਾ ਕੇ ਕਿਤੇ ਗੱਲ ਕਰ ਲਓ ਤੁਹਾਡੇ ਅੱਖ ਤੇ ਵੀ ਨਹੀਂ ਕਰਨ ਤਿਆਰ ਤੇ ਫਿਰ ਤੁਸੀਂ ਜਿਹੜੇ ਰੋਂਦੀ ਘੋੜੀ ਚੜਨਗੇ ਉਹ ਅਗਲੇ ਪਾਸੇ ਢੋਲੀ ਕਿਥੋਂ ਲੈ ਆਉਣਗੇ ਜੀ ਇਹ ਹਾਲਾਤ ਕਾਂਗਰਸ ਪਾਰਟੀ ਦੇ ਪੈਰੋਂ ਪੈਰ ਖਰਾਬ ਹੋ ਰਿਹਾ ਕੱਲ ਜੋਕ ਜਿਹਨਾਂ ਨੇ ਲੋਕਾਂ ਵਾਸਤੇ ਛੋਟਾਂ ਦਿੱਤੀਆਂ ਉਹ ਛੋਟਾ ਚੰਗੀਆਂ ਗਰੀਬਾਂ ਨੂੰ ਛੋਟਾ ਮਿਲਣਾ ਹੋਰ ਵੀ ਚਾਹੀਦਾ ਨਾਲ ਮੱਧ ਵਰਗ ਨੂੰ ਵੀ ਮਿਲਗੀਆਂ ਨੇ ਔਰ ਕਾਫੀ ਸਾਰੇ ਬਿੱਲ ਦਾ ਫਰਕ ਪੈ ਗਿਆ ਅੱਜ ਹੀ ਲੋਕਾਂ ਦੇ ਬਈ ਕਈਆਂ ਨਾਲ ਗੱਲ ਹੋਈ ਆ ਕਹਿੰਦੇ ਜੀ ਰਾਤੋਂ ਰਾਤ ਕੰਪਿਊਟਰ ਦੀ ਟਿਊਨਿੰਗ ਹੋ ਗਈ ਆ ਪਿਛਲੇ ਮਹੀਨੇ ਨਾਲ ਅੱਦੇ ਬਿਲੋਂਦੇ ਪੈਨੇ ਪਰ ਜੇ ਉਹ ਕਰ ਕਰਾ ਕੇ ਮਗਰ ਫਿਰ ਉਹਤੇ ਖੇ ਪਾਦਰੀਆਂ ਦੇ ਲੋਕਾਂ ਨੂੰ ਕੀ ਕਹਿੰਦਾ ਲੋਕੀ ਫਿਰ ਵੇਖ ਲੈਣਗੇ ਕੋਈ ਹੋਰ ਨਾਂ ਲੱਭ ਜਾਵੇ ਉਹਨੂੰ ਵੋਟਾਂ ਪਾ ਦੇਣਗੇ ਪਰ ਪੰਨ ਸਾਹਿਬ ਇੱਕ ਸਵਾਲ ਹੋ ਰਿਹਾ ਕਿ ਲੋਕ ਕਹਿ ਰਹੇ ਆ ਕਿ ਇਹ 2 ਕੁ ਮਹੀਨੇ ਸਰਕਾਰ ਦੇ ਹੋਰ ਹੈ ਇੱਕ ਬਿੱਲ ਹੋਰ ਹਣਾ ਲੋਕ ਇਸ ਪੱਖ ਤੋਂ ਵੀ ਦਿਖਦੇ ਪਏ ਆ ਨਹੀਂ ਇੱਕ ਬਿੱਲ ਹੋਣਾ ਕਿ ਦੋੜੇ ਨਹੀਂ ਹੁਣ ਜੋ ਇਹਨਾਂ ਨੇ ਕਰਤਾ ਲੰਬਾ ਸਮਾਂ ਜਦ ਤੱਕ ਕੋਈ ਨਵੀਂ ਸਰਕਾਰ ਆ ਨਹੀਂ ਜਾਂਦੀ ਭਾਵੇਂ ਇਹਨਾਂ ਦੀ ਆਵੇ ਭਾਵੇਂ ਬਾਦਲ ਸਾਹਿਬ ਦੀ ਆਵੇ ਭਾਵੇਂ ਕੇਜਰੀਵਾਲ ਸਾਹਿਬ ਦੀ ਆਵੇ ਨਹੀਂ ਤੇ ਭਾਜਪੀ ਵਾਲੇ ਭਾਵੇਂ ਕਿਸੇ ਪਾਸੇ ਹੋ ਸੰਦ ਲਾਜਨ ਕੈਪਟਨ ਬੰਦਸੋਾਰੇ ਕੋਈ ਆ ਜੇ ਜਦ ਤੱਕ ਨਵੀਂ ਸਰਕਾਰ ਨਹੀਂ ਆ ਜਾਂਦੀ ਐਸ ਵੇਲੇ ਦੇ ਪਾਸ ਕੀਤੇ ਚਾਰ ਮਹੀਨੇ ਤਹਾਨੂੰ ਚੱਲਣਗੇ ਚੱਲਣਗੇ ਹੂੰ ਚੋਣ ਜਾਬਤੇ ਲੱਗੇ ਤੋਂ ਤੈਨੂੰ ਕੋਈ ਬਦਲ ਨਹੀਂ ਸਕਦਾ ਜੀ ਤੇ ਜਿਹੜੀ ਨਵੀਂ ਸਰਕਾਰ ਆਵੇ ਉਹ ਛੋਟਾ ਦੇਣ ਵਿੱਚ ਕੋਈ ਕੋਸ਼ਿਸ਼ ਕਰੇ ਜਾਂ ਨਾ ਕਰੇ ਦਿੱਤੀਆਂ ਛੋਟਾਂ ਵਾਪਸ ਲੈ ਕੇ ਮਰਿਆ ਸਪਣੇ ਗੱਲ ਨਹੀਂ ਸੱਪ ਆਪਣੇ ਗੱਲ ਨਹੀਂ ਪਹੂਗੀ ਸਾਰੇ ਪੰਜਾਬ ਚੋਂ ਦੇ ਖਿਲਾਫ ਡਰੋਲਾ ਪੈ ਜੋ ਜਿਹਨੇ ਛੋਟਾਂ ਵਾਪਸ ਦਿੱਤੇ ਲੋਕੀ ਛੋਟਾ ਇਹ ਤਾਂ ਕਹਿੰਦੇ ਆ ਦੇ ਦਿਓ ਨੇਦਰੀਆਂ ਨਾ ਸੀ ਪਰ ਦਿੱਤੀਆਂ ਵਾਪਸ ਲੋ ਇਹ ਲੋਕ ਬਰਦਾਸ਼ਤ ਨਹੀਂ ਕਰ ਦਿੰਦੇ। ਪੰਜਾਬ ਸਰ ਜਿਮਨੀ ਚੋਣਾਂ ਹੋ ਰਹੀਆਂ ਹਿਮਾਚਲ ਚ ਵੀ ਹੋਈਆਂ ਤੇ ਹਰਿਆਣਾ ਚ ਵੀ ਆ ਬੜੀ ਚਰਚਾ ਚੱਲਦੀ ਸੀਗੀ। ਦੂਸਰੇ ਪਾਸੇ ਭਾਜਪਾ ਦਾ ਵੋਟ ਬੈਂਕ ਥੋੜਾ ਜਿਹਾ ਡੀ ਹੈ। ਕਿੰਨਾ ਕੁ ਸੱਚ ਹੈ? ਵੋਟਾਂ ਪਈਆਂ ਨੇ 29 ਸੀਟਾਂ ਤੇ ਸ਼ਾਇਦ ਮੇਰੇ ਸਾਹਮਣੇ। ਜੀ। ਉਹਨਾਂ ਤੋਂ 5 ਕ ਸੀਟਾਂ ਅਸਾਮ ਵਿੱਚ ਨੇ, ਇੰਨੀਆਂ ਕੋ ਲਾਗੇ ਬੰਗਾਲ ਵਿੱਚ ਨੇ, ਬਾਕੀ ਥਾਵਾਂ ਤੇ ਨੇ। ਜਿਹੜੀ ਹਰਿਆਣੇ ਦੀ ਚੋਣ ਨੂੰ ਮੈਂ ਕੁਝ ਨਹੀਂ ਗਣਦਾ। ਕਿਉਂਕਿ ਉਹ ਅਬੇ ਚਟਾਲਾ ਚੌਧਰੀ ਓਮਪ੍ਰਕਾਸ਼ ਚਟਾਲੇ ਦਾ ਛੋਟਾ ਮੁੰਡਾ ਪਹਿਲਾਂ ਉੱਥੋਂ ਐਮਐਲਏ ਸੀ ਇਹ ਕਹਿ ਕੇ ਕਿ ਮੈਂ ਕਿਸਾਨਾਂ ਦਾ ਸਾਥੀ ਹੁਣ ਅਸਤੀਫਾ ਦਿੱਤਾ ਉਹ ਪਹੁੰਚਣ ਹੋਈ ਉਹ ਫਿਰ ਖਲੋ ਗਿਆ ਅੱਗੇ ਵੀ ਸੀਟ ਐਸੇ ਦੀ ਸੀ ਹੁਣ ਵੀ ਉਹ ਜਿੱਤ ਗਿਆ ਕੋਈ ਫਰਕ ਨਹੀਂ ਪਿਆ ਜਿੱਤ ਜਾਂਦੇ ਹੋ ਬਾਕੀ ਥਾਵਾਂ ਦੇ ਉੱਤੇ ਜਿੱਥੇ ਫਰਕ ਪਿਆ ਵੇਖੀਦਾ ਕਿ ਫਰਕ ਕਿੱਥੇ ਪਿਆ ਰਾਜਸਥਾਨ ਚ ਬੀਜੇਪੀ ਦੀ ਇੱਕ ਸੀਟ ਖੋਲੀ ਕਾਂਗਰਸ ਨੇ ਜੀ ਮੱਧ ਪ੍ਰਦੇਸ਼ ਚ ਇੱਕ ਖੋਲੀ ਬਿਹਾਰ ਦੇ ਵਿੱਚ ਲੜਾਈ ਚੱਲਦੀ ਪਈ ਹੈ ਉਹਨਾਂ ਦੀ ਕੋਸ਼ਿਸ਼ ਹੈ ਜਨਤਾ ਦਲ ਦੀ ਰਾਸ਼ਟਰੀ ਜਨਤਾ ਦਲ ਦੀ ਲਾਲੂ ਵਾਲੇ ਦੀ ਕਿ ਇਹਨਾਂ ਤੋਂ ਭਾਜਪੀ ਤੇ ਜਨਤਾ ਦਲ ਜੋੜ ਕੇ ਇੱਕ ਸੀਟ ਖੋਲੀਏ ਪੱਛਮੀ ਗਾਜ ਵਿੱਚ ਮਾਜਾ ਮਾਰ ਗਈ ਆ Mamata Banerjee ਸਭ ਤੋਂ ਖਾਸ ਨਤੀਜਾ ਜੇਕ ਤੋਂ ਆਇਆ ਉਹ ਹਮਾਚਲ ਪ੍ਰਦੇਸ਼ ਦਾ ਇੱਥੇ ਪਾਰਲੀਮੈਂਟ ਦੀ ਸੀਟ ਮੰਡੀ ਉਹਦੀ ਚੋਣ ਹੋਈ ਹੈ ਤੇ ਤਿੰਨ ਅਸੈਂਬਲੀ ਸੀਟਾਂ ਦੀ ਚੋਣ ਹੋਈ ਹੈ ਜਿਹੜੀਆਂ ਤਿੰਨ ਅਸੈਂਬਲੀ ਸੀਟਾਂ ਉਨ੍ਹਾਂ ਚੋਂ ਫਤਿਹਪੁਰ ਤੇ ਅਰਕੀ ਉਹ ਦੋ ਸੀਟਾਂ ਤਾਂ ਅੱਗੇ ਵੀ ਕਾਂਗਰਸ ਦੀਆਂ ਸੀ ਤੇ ਕਾਂਗਰਸੀਆਂ ਦੇ ਕੋਲ ਹੀ ਵੇਲੀਆਂ ਹੋਈਆਂ ਸੀ ਕਾਂਗਰਸੀਆਂ ਫਿਰ ਜਿੱਤ ਲਈਆਂ ਜੀ ਤੀਜੀ ਸੀਟ ਸੀ ਜੁਬਲਕੋਟ ਖਾਈ ਉਹ ਭਾਜਪਾ ਨੇ ਪਿਛਲੀ ਵਾਰ ਜਿੱਤੀ ਸੀ ਉਹਦੇ ਕੋਲ ਕਾਂਗਰਸ ਨੇ ਖੋਲੀ ਆ ਇਹ ਖਾਸ ਕਰ ਲਿਆ ਦੂਜੀ ਲੋਕ ਸਭਾ ਸੀਟ ਭਾਜਪਾ ਨੇ ਪਿਛਲੀ ਵਾਰ ਜਿੱਤੀ ਸੀ ਹੁਣ ਜਿਮਨੀ ਚੋਣ ਹੋਈ ਹੈ ਉਹ ਸੀਟ ਖਾਲੀ ਹੋਣ ਤੋਂ ਬਾਅਦ ਤੇ ਕਾਂਗਰਸ ਜਿੱਤ ਗਈ ਹੈ ਗੱਲ ਸਿਰਫ ਇੰਨੀ ਕਿ ਕਾਂਗਰਸ ਜਿੱਤ ਗਈ ਇਹਦੇ ਤੋਂ ਵੱਡੀ ਇਹ ਆ ਕਿ ਭਾਜਪਾ ਨੇ ਇਹ ਸੀਟ 4 ਲੱਖ ਦੇ ਨੇੜੇ ਤੇੜੇ 4 ਲੱਖ ਤੋਂ 1000 ਕਿ ਘੱਟ ਇੰਨੇ ਫਰਕ ਤੇ ਜਿੱਤੀ ਸੀ ਤੇ ਹੁਣ ਜਦੋਂ ਭਾਜਪਾ ਹਾਰ ਗਈ ਆ 7000 ਵੋਟਾਂ ਦੇ ਫਰਕ ਤੇ ਤੇ ਤੁਸੀਂ ਇਹ ਗਿਣੋ ਕਿ 4 ਲੱਖ ਤੋਂ ਵੱਧ ਲੋਕ ਭਾਜਪਾ ਨਾਲੋਂ ਦੂਸਰੇ ਪਾਸੇ ਫਰਕ ਪਾ ਗਏ ਨੇ ਇਹਦਾ ਮਤਲਬ ਹੈ ਕਿ ਭਾਜਪਾ ਨਾਲੋਂ ਘੱਟੋ-ਘੱਟ 2 ਲੱਖ ਟੁੱਟ ਕੇ ਦੂਸਰੇ ਪਾਸੇ ਜੁੜੇ ਉਧਰੋਂ 2 ਘੱਟ ਗਏ ਉਧਰੋਂ 2 ਵੱਧ ਗਏ ਫਰਕੇ ਪੈ ਗਿਆ ਕਿ ਭਾਜਪਾ ਦੀਆਂ ਵੋਟਾਂ ਘਟ ਗਈਆਂ ਤੇ ਕਾਂਗਰਸ ਦੀਆਂ ਵਧ ਗਈਆਂ ਸਰਕਾਰ ਹੋਵੇ ਭਾਜਪਾ ਦੀ ਅਸੈਂਬਲੀ ਦੀਆਂ ਤਿੰਨ ਸੀਟਾਂ ਨੇ ਕਾਂਗਰਸ ਦੇ ਤੋ ਜਾਵੇ ਪਾਰਲੀਮੈਂਟ ਦੀ ਇੱਕ ਸੀਟ ਜਿਹੜੀ 4 ਲੱਖ ਤੇ ਜਿੱਤੀ ਹੋਈ ਸੀ ਉਥੇ ਵੀ ਭਾਜਪਾ ਹਾਰ ਜੇ ਤੇ ਕਾਂਗਰਸ ਜਿੱਤ ਜਾਵੇ ਕਾਂਗਰਸ ਦੀ ਪ੍ਰਧਵਾ ਸਿੰਘ ਜਿੱਤ ਗਈ ਹੈ ਤੇ ਫਿਰ ਭਾਜਪਾ ਵੱਲੋਂ ਦੀ ਕਾਰਗੁਜ਼ਾਰੀ ਕੀ ਹੈ ਜਿਹੜੀ ਹੁਣ ਤੱਕ ਇਹਨਾਂ ਵਿਖਾਈ ਜੀ ਕੇਂਦਰ ਵਿੱਚ ਇਹਨਾਂ ਦੇ ਬਹੁਤ ਵੱਡਾ ਅਹਿਮ ਮੰਤਰਾਲਾ ਸੰਭ ਰਿਆ ਉਹ ਮੰਤਰੀ ਨਰਗਠਾਕਰ ਸਾਰੇ ਦੇਸ਼ ਦੀ ਭਾਜਪਾ ਦਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਕਿੱਥੋਂ ਦਾ ਇਸੇ ਹਿਮਾਚਲ ਪ੍ਰਦੇਸ਼ ਦਾ ਨਿੱਕਾ ਜਿਹਾ ਹਿਮਾਚਲ ਪ੍ਰਦੇਸ਼ ਆ ਉਹਦੇ ਵਿੱਚੋਂ ਸਾਰੇ ਦੇਸ਼ ਦਾ ਭਾਜਪਾ ਦਾ ਪ੍ਰਧਾਨ ਹੋਵੇ ਉਹ ਆਪਣਾ ਬਸਤੇ 'ਚ ਪਾਉਣ ਜੋਗਾ ਹਿਮਾਚਲ ਪ੍ਰਦੇਸ਼ ਦਾ ਚਾਰਜ ਨਹੀਂ ਸੰਭਲ ਜੋਗਾ ਉਥੋਂ ਦੀਆਂ ਪਾਰਲੀਮੈਂਟ ਦੀਆਂ ਚਾਰ ਸੀਟਾਂ 'ਚੋਂ ਇੱਕ ਸੀਟ ਇਦਾਂ ਉਪਚੋਣ ਚੋਂ ਇਹ ਖਵਾਤੀ ਆ ਤੇ ਬਾਕੀ ਸਾਰੇ ਦੇਸ਼ ਦੇ ਵਿੱਚੋਂ ਕੀ ਚੰਦ ਚਾੜ ਦੂਗਾ ਹੁਣ ਭਾਜਪਾ ਨੂੰ ਸੋਚਣਾ ਚਾਹੀਦਾ ਕਿ ਉਥੇ ਇੱਕ ਮੁੱਖ ਮੰਤਰੀ ਬੈਠਾ ਇੱਕ ਸਾਬਕਾ ਮੁੱਖ ਮੰਤਰੀ ਬੈਠਾ ਮੁੱਖ ਮੰਤਰੀ ਜੈਰਾਮ ਠਾਕਰ ਜੀ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਇੱਕ ਕੇਂਦਰੀ ਮੰਤਰੀ ਅਨੁਰਾਗ ਠਾਕਰ ਜਿਹਨੂੰ ਤਰੱਕੀ 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 ਤੇ ਤਰੱਕੀ 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 ਦੇਈ ਗਏ ਨੇ ਇਹੋ ਅਨੁਰਾਗ ਠਾਕਰ ਜਿਹਨੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਉਹ ਨਾਅਰਾ ਦਿੱਤਾ ਸੀ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਕ ਉਹ ਸਾਰੇ ਉੱਥੇ ਬੈਠੇ ਹੋਣ ਤੇ ਉਹਦੇ باوجود ਭਾਜਪਾ ਹਿਮਾਚਲ ਪ੍ਰਦੇਸ਼ ਚ ਇੰਨੀ ਬੁਰੀ ਤਰ੍ਹਾਂ ਹਾਰ ਜਾਵੇ ਇਹ ਤਾਂ ਮਜ਼ਰੂਕ ਨਹੀਂ ਕਰਦਾ ਇਹ ਅਸਲੀ ਉਮਰ ਉਪਚੋਣਾ ਦੇ ਵਿੱਚ ਖਾਸ ਗੱਲ ਜਿਹੜੀ ਹੋਈ ਆ ਬਾਕੀ ਦੇ ਸਭ 1921 ਇਦੋਂ ਉਹ ਫਲਾਨਾ ਜਿੱਤ ਕੇ ਫਲਾਨਾ ਹਾਰ ਗਿਆ ਉਹ ਚੱਲਦਾ ਰਹਿੰਦਾ ਕੋਈ ਗੱਲ ਪਰ ਸਭ 24 ਦੀਆਂ ਚੋਣਾਂ ਅਜੇ ਭਾਵੇਂ ਦੂਰ ਆ ਪਰ ਉਸ ਤੋਂ ਪਹਿਲਾਂ ਚੋਣ ਸਮੇਂਕਰਨ ਬਦਲਦੇ ਲੱਗਦੀ ਹੈ ਕਿਉਂਕਿ ਇਹ ਮਮਤਾ ਬਨਰਜੀ ਵੀ ਹੁਣ ਪ੍ਰਭਾਵ ਲਾਉਂਦੀ ਲੱਗਦੀ ਆ ਤੇ 24 ਦੀਆਂ ਪਾਰਲੀਮੈਂਟ ਚੋਣਾਂ ਅਜੇ ਬੜੀ ਦੂਰ ਆ ਉਹਦੇ ਬਾਰੇ ਹੁਣੇ ਨਹੀਂ ਸੋਚਿਆ ਜਾ ਸਕਦਾ ਉਦੋਂ ਤੱਕ ਕੱਲ ਨੂੰ ਕੋਈ ਵੀ ਘਟਨਾ ਇਹੋ ਜੀ ਇੱਕ ਅਦੀ ਵਾਪਰ ਸਕਦੀ ਹੈ ਕਿ ਇਹਨਾਂ ਦੀ ਮਹਿਮ ਚੜ ਜਾਵੇ ਤੇ ਕੋਈ ਇਹੋ ਜੀ ਵਾਪਰ ਸਕਦੀ ਹੈ ਕਿ ਭਾਜ ਬਣੇ ਬਣੇ ਖੇਡ ਸਾਰਾ ਪੱਠਾ ਬੈਠ ਚੋ ਇਹ ਤਾਂ ਕੋਈ ਪਤਾ ਨਹੀਂ ਹੁੰਦਾ 24 ਜਿਹੜੇ ਬੜੀ ਦੂਰ ਆ ਜੀ ਉਤੋਂ ਪਹਿਲਾਂ ਤੇ 2022 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਆ ਮੱਚਦੀਆਂ ਵੀ ਆ ਰਹੀਆਂ ਨੇ ਮਗਰ ਜੀ ਅਜੇ ਹੋਰ ਵੀ ਕਈ ਆ ਰਹੀਆਂ ਨੇ ਅਸੀਂ ਉਹ ਦੇਖੀ ਇੱਕ ਮਹਾਰਾਸ਼ਟਰ ਦੀ ਪੰਸਖ ਘਰ ਬਹੁਤ ਚਰਚਾ ਵਿੱਚ ਹੈ ਅਨਿਲ ਦੇਸ਼ਮੁਖ ਨੂੰ ਰਾਤੀ ਗ੍ਰਿਫਤਾਰ ਕਰ ਲਿਆ ਤੇ ਦੂਸਰੇ ਪਾਸੇ ਇੱਕ ਹੋਰ ਮੰਤਰੀ ਹੈ ਉਹਨੂੰ ਵੀ ਜਾਇਦਾਦ ਜ਼ਿਆਦਾ ਬਣਾ ਲਈ ਹੈ 1000 ਕਰੋੜ ਦੀ ਉੱਤੇ ਵੀ ਦੋਸ਼ ਲੱਗਦੇ ਪਿਆ ਅਜੀਤ ਪਵਾਰ ਤੇ ਇੱਕ ਹੀ ਕਹਾਣੀ ਪੂਰੀ ਜਿਹੜਾ ਅਨਿਲ ਦੇਸ਼ਮੁਖ ਹੈ ਇਹ ਗ੍ਰਹਿ ਮੰਤਰੀ ਸੀ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨਾਲ ਇਹਦਾ ਰੇੜਕਾ ਪਿਆ ਗਿਆ। ਪਰਮਵੀਰ ਨੇ ਆਖਿਆ ਜੀ ਇਹ ਬੰਦਾ ਮੰਗਦਾ ਜੇ ਗ੍ਰਹਿ ਮੰਤਰੀ ਸਾਢ ਤੋਂ ਕਿ ਹਰ ਮਹੀਨੇ 100 ਕਰੋੜ ਰੁਪਇਆ ਇਕੱਠਾ ਕਰਕੇ ਦਿਓ। ਇਹਨਾਂ ਨੇ ਪੁਲਿਸ ਵਾਲਾ ਤੋਂ ਦੋਸ਼ ਲਾਇਆ ਕਿ ਪਰਮਵੀਰ ਸਿੰਘ ਆ ਕੁਝ ਕਰਦਾ। ਪਰਮਵੀਰ ਨੇ ਆਖਿਆ ਮੇਰੀ ਪੜਤਾਲ ਨਹੀਂ ਹੋਣੀ ਚਾਹੀਦੀ ਅਦਾਲਤਾਂ ਨੇ ਆਖਿਆ ਪੜਤਾਲ ਤੇ ਹੋਊ। ਪੜਤਾਲ ਦਾ ਸਾਹਮਣਾ ਕਰਨ ਦੀ ਥਾਂ ਉਹ ਭੱਜ ਗਿਆ ਹੁਣ ਪਤਾ ਨਹੀਂ ਕਿੱਥੇ ਆ। ਅਜੇ ਤੱਕ ਕਹਿੰਦੇ ਆ ਜੀ ਉਹ ਰੂਪੋਸ਼ ਲੱਭ ਨਹੀਂ ਰਿਹਾ। ਚਰਚੇ ਚੱਲੀ ਜਾਂਦੇ ਜੀ ਉਹ ਤੇ ਵਿਦੇਸ਼ੋਂ ਭੱਜ ਗਿਆ ਉਹ ਕੀ ਪਤਾ ਭੱਜਾ ਕਿ ਨਹੀਂ ਭੱਜਾ। ਜਿਹੜਾ ਗ੍ਰਹਿ ਮੰਤਰੀ ਸੀ ਉਹ ਵੀ ਸੱਚਾ ਸੋਚਿਆ ਨਹੀਂ ਇਹ ਨਾ ਹੀ ਦੇਸ਼ ਮੁਖ ਹੈ ਉਹ ਤਾਂ ਦੇਸ਼ ਨੂੰ ਮੁਖ ਨਹੀਂ ਰੱਖਦੇ ਰੱਖਦੇ ਟੱਬਰ ਨੂੰ ਮੁਖ ਨੇ ਪੈਸਾ ਇਹਨੇ ਬਹੁਤ ਕਮਾਇਆ ਜੀ ਕਈ ਦਿਨ ਭੱਜਾ ਫਿਰਦਾ ਅਖੀਰ ਉਹ ਅਦਾਲਤ ਨੇ ਹੁਕਮ ਦਿੱਤਾ ਕਿ ਜਾ ਕੇ ਪੇਸ਼ ਹੋਣਾ ਆਪਣਾ ਕੱਲ ਪੇਸ਼ ਹੋਇਆ ਤੇ ਪੇਸ਼ੀ ਤੋਂ ਬਾਅਦ ਜਾਂਚ ਏਜੰਸੀ ਨੇ ਗ੍ਰਿਫਤਾਰ ਕਰ ਲਿਆ ਅੱਜ ਉਹਨਾਂ ਦਾ ਮਾਮਲਾ ਦੂਸਰਾ ਬੰਦਾ ਅਜੀਤ ਪੁਆਰ ਇਹ ਮਰਾਠਾ ਸਰਦਾਰ ਕਿਹਾ ਜਾਂਦਾ ਜਿਹੜਾ ਸ਼ਰਦ ਪੁਆਰ ਹੈ ਹਿੰਦੁਸਤਾਨ ਦਾ ਗ੍ਰਹਿ ਮੰਤਰੀ रह चुका ਖੇਤੀ ਮੰਤਰੀ ਉਹ ਨਾ ਰੱਖਿਆ ਮੰਤਰੀ रह चुका ਖੇਤੀ ਮੰਤਰੀ रह चुका ਖੁਰਾਕ ਮੰਤਰੀ रह चुका ਕਈ ਕਿਸਮ ਦਾ ਮੰਤਰੀ रह चुका ਮਹਾਰਾਸ਼ਟਰ ਦਾ ਮੁੱਖ ਮੰਤਰੀ ਵੀ रह चुका ਇਹ ਉਹਦਾ ਸਕਾ ਪਤੀਜਾ ਜੀ ਇਹ ਪਹਿਲਾਂ ਜਦੋਂ ਭਾਜਪਾ ਦੀ ਸਰਕਾਰ ਸੀ ਉਹਦੇ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੇ ਵਿੱਚ ਪ੍ਰਤਿਵੀ ਰਾਜ ਚੋਹਾਨ ਤੇ ਵਿਲਾਸਰਾਓ ਦੇਸ਼ਮੁਖ ਦੇ ਨਾਲ ਡਿਪਟੀ ਮੁੱਖ ਮੰਤਰੀ ਹੁੰਦਾ ਸੀ ਤੇ ਉਹਦੇ ਉਹਨੇ ਕ腐ਸ਼ਨ ਬਹੁਤ ਕੀਤੀ ਸੀ ਜਦੋਂ ਭਾਜਪਾ ਸਰਕਾਰ ਆਈ ਉਹਨਾਂ ਨੇ ਹਰ ਇੱਕ ਕੇਸ ਤੇ ਕੇਸ ਇੰਨੇ ਕੇਸ ਚੜ੍ਹ ਦਿੱਤੇ ਕੇ ਹਰਨ ਜੋਗਾ ਨਹੀਂ ਸੀ ਅਗਲੀਆਂ ਚੋਣਾਂ ਹੋਈਆਂ ਤੇ ਭਾਜਪਾ ਨਾ ਹਾਰੀ ਨਾ ਜਿੱਤੀ ਅੱਧ ਵਿਚਾਲੇ ਖਲੋ ਗਈ ਤੇ ਕਾਂਗਰਸ ਸ਼ਿਵ ਸੈਨਾ ਸ਼ਰਦ ਪੁਆਰੀ ਨਾਲ ਸਾਰੇ ਨਾਲ ਕੇ ਸਰਕਾਰ ਬਣਾ ਲਈ ਇਹਨਾਂ ਦੇ ਸਰਕਾਰ ਬਣਨ ਤੋਂ ਪਹਿਲਾਂ ਅੱਧੀ ਰਾਤ ਕੋਵਿਡ ਦੇ ਮਹਾਮਾਰੀ ਦੇ ਦਿਨਾਂ 'ਚ ਭਾਜਪਾ ਦੇ ਉਸੇ ਮੁੱਖ ਮੰਤਰੀ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਦਵਿੰਦਰ ਫਰਦਨਵੀਸ ਉਹਨੇ ਮੁੱਖ ਮੰਤਰੀ ਸੌ ਚੁੱਕ ਲਈ ਗਵਰਨਰ ਵੀ ਆਪਣਾ ਘਰ ਦਾ ਬੰਦਾ ਸੀ ਭਾਜਪਾ ਦਾ ਲੀਡਰ ਸੀ ਉਨੇ ਚਕਾਤੀ ਇਹਨੂੰ ਸ਼ਰਦ ਪੁਆਰ ਦੇ ਭਤੀਜੇ ਅਜੀਤ ਪੁਆਰ ਨੂੰ ਉਹਦੇ ਨਾਲ ਡਿਪਟੀ ਮੁੱਖ ਮੰਤਰੀ ਬਣਾਤਾ ਇਹ ਜਾ ਕੇ ਦੀ ਰਾਤ ਉਹਦੇ ਨਾਲ ਜੁੜ ਗਿਆ ਸ਼ਰਦ ਪੁਆਰ ਨੇ ਰੌਲਾ ਪਾਇਆ 72 ਘੰਟਿਆਂ ਬਾਅਦ ਇਹ ਭਾਜਪਾ ਨੂੰ ਛਣ ਕੇ ਤੇ ਵਾਪਸ ਆ ਗਿਆ ਪਰ 72 ਘੰਟਿਆਂ 'ਚ ਸਭ ਤੋਂ ਵੱਡਾ ਕੰਮ ਇਹ ਸੀ ਕਿ ਜਿਹੜੇ ਇਹਦੇ ਖਿਲਾਫ 40-45 ਕੇਸ 5 ਸਾਲਾਂ 'ਚ ਭਾਜਪਾ ਨੇ ਬਣਾਏ ਸੀ ਉਹ 72 ਘੰਟਿਆਂ 'ਚ ਸਾਰੇ ਰੱਦ ਕਰ ਦਿੱਤੇ ਵਾਪਸ ਲੈ ਲੈ ਕੇ ਇਹਨਾਂ ਕੇਸਾਂ 'ਚ ਕੱਖ ਨਹੀਂ ਜੇ ਕੱਖ ਨਹੀਂ ਤੇ ਬਣਾਏ ਕਿਉਂ ਤੇ ਜੇ ਬਣਾਏ ਸੀ ਵਿੱਚ ਕੁਝ ਹੈਗਾ ਸੀ ਤੇ 27 ਘੰਟਿਆਂ ਦੇ ਅੰਦਰ ਅੰਦਰ ਬਗੈਰ ਪੜਤਾਲ ਤੋਂ ਵਾਪਸ ਕਿਉਂ ਲੈ ਲੈ ਇਹ ਤੋਂ ਸਾਬਤ ਹੋ ਗਿਆ ਕਿ ਭਾਜਪਾ ਝੂਠੇ ਕੇਸ ਬਣਾਉਂਦੀ ਵੀ ਆ ਤੇ ਲੋੜ ਪੈਣ ਤੇ ਵਾਪਸ ਲੈਂਦੀ ਵੀ ਆ ਜਾਂ ਤਾਂ ਕੇਸ ਝੂਠੇ ਸੀ ਜਾਂ ਕ腐ਸ਼ਨ ਨਾਲ ਸੰਬੋਧਤਾ ਕੀਤਾ ਧੋਮ ਚੋ ਗਲਤੀ ਹੋਈ ਜੀ ਉਹਦੇ ਬਾਅਦ ਉਹ ਇਧਰ ਆ ਗਿਆ ਹੁਣ ਉਦੋਂ ਠਾਕਰੇ ਸ਼ਿਵਸੇਨਾ ਲੀਡਰ ਆ ਉਹ ਮੁੱਖ ਮੰਤਰੀ ਹੈ ਇਹ ਉਹਦੇ ਨਾਲ ਡਿਪਟੀ ਮੁੱਖ ਮੰਤਰੀ ਹੈ ਸਰਕਾਰ ਕਿਸਦੀ ਉਹ ਡਿਪਟੀ ਮੁੱਖ ਮੰਤਰੀ ਦੇ ਦਿੰਦਾ ਹੁਣ ਭਾਜਪਾ ਬੜੇ ਉਦੋਂ ਦੇ ਸੱਟ ਖਾੜੇ ਬੈਠੇ ਸੀ ਉਹਨਾਂ ਨੇ ਹੌਲੀ ਹੌਲੀ ਇਹ ਪੜਤਾਲ ਸ਼ੁਰੂ ਕਰਤੀ ਇਹਦੀ ਭੈਣ ਦੇ ਖਿਲਾਫ ਪੜਤਾਲ ਸ਼ ਅੱਜ ਪਤਾ ਲੱਗਾ 1000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੀ ਕ腐ਸ਼ਨ ਦੇ ਦੋਸ਼ ਹੇਤ ਉਹਨਾਂ ਨੇ ਜਿਹੜੀ ਜ਼ਬਤ ਕਰਵਾਤੀ ਹੈ ਇਹ ਬੰਦਾ पलਕ ਨੂੰ ਟੁੱਟ ਕੇ ਭਾਜਪਾ ਨਾਲ ਚੱਲ ਜਾਵੇ ਸਿਰਫ ਇੱਕ ਰਾਤ ਉਹਨਾਂ ਨਾਲ ਰਹਿ ਜਾਵੇ ਆ ਸਾਰੇ ਕੇਸ ਵਾਪਸ ਹੋ ਜਾਣਗੇ ਜਾਇਦਾਦ ਵੀ ਵਾਪਸ ਹੋ ਜਾਊਗੀ ਕਿਉਂਕਿ ਪਿਛਲੇ ਸਮੇਂ ਚ ਅਸੀਂ ਵੇਖਿਆ ਭਾਜਪਾ ਇਹ ਕਹਿੰਦੀ ਆ ਕਿ ਸਾਡੇ ਕੋਲ ਸਭ ਤੋਂ ਵਧੀਆ ਡਿਟਰਜੈਂਟ ਪਾਊਡਰ ਹੈ ਜਿਹੜਾ ਸਾਡੇ ਕੋਲ ਆ ਜਾਵੇ ਗੰਗਾ ਨਾਤਾ ਗਿਆ ਉਹਦੇ ਸਾਰੇ ਪਾਪ ਮਾਫ ਜਿੰਨੇ ਉਹਦੇ ਕੇਸ ਨੇ ਇਸ ਜੀਤਪੁਰ ਦੇ ਜਿਹੜੇ ਕੇਸ ਸੀ 72 ਘੰਟਿਆਂ ਦੇ ਵਿੱਚ 40 ਦੇ ਕਰੀਬ ਕੇਸ ਇਹਦੇ ਵਾਪਸ ਹੋਏ। ਔਰ ਸਾਰੇ ਕੇਸ سنگੀਨ ਕੇਸ ਸੀ ਕਰਾਪਸ਼ਨ ਦੇ। ਹੁਣ ਵੀ ਜਦੋਂ ਲੋੜ ਪਈ ਉਹਨਾਂ ਕੋਲ ਚੱਲ ਜੇਗਾ। ਜੀ। ਉਹ ਸਾਰੇ ਕੇਸ ਵਾਪਸ ਲੈ ਲਵਾਂਗੇ। ਉਹਦੇ ਬਾਅਦ ਫਿਰੇ ਵਾਪਸ ਆ ਜਾਏਗਾ। ਉੱਥੇ ਇਸ ਤਰ੍ਹਾਂ ਦੀ ਚੂਹੇ ਬਿੱਲੀ ਦੀ ਖੇਡ ਦੌੜ ਚੱਲਦੀ ਪਈ ਆ। ਉਸ ਖੇਡ ਦੇ ਵਿੱਚ ਇਹ ਆਪਣੇ ਦਾਦੇ ਆ ਭਾਜਪਾ ਆਪਣੇ ਦਾਦੇ ਆ। ਹੁਣ ਉਹਨਾਂ ਨੇ ਉਹਦੇ ਖਿਲਾਫ ਇਹੋ ਜਿਹੇ ਕੇਸ ਬਣਾਏ ਆ। ਉਹਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਆ ਕਿ ਉਹ ਨਿਕਲ ਨਹੀਂ ਸਕਦਾ। ਪਰ ਜਦੋਂ ਸਰਕਾਰ ਇਸ ਗੱਲ ਤੇ ਆ ਜਾਵੇ ਕਿ ਕੇਸ ਕੇਸ ਵਾਪਸ ਲੈਣੇ ਆ ਸਿਰਫ ਇਹ ਨਾ ਲਿਖਣਾ ਹੁੰਦਾ ਕਿ ਇਨ ਪਬਲਿਕ ਇੰਟਰਸਟ ਯਾਨੀ ਜਨਤਕ ਹਿੱਤ ਵਿੱਚ ਇਹਦੇ ਕ腐ਪਸ਼ਨ ਦੇ ਕੇਸਾਂ ਦੇ ਉੱਤੇ ਵੀ ਕਾਟਾ ਮਾਰਿਆ ਇਹ ਜਨਤਾ ਦੇ ਹਿੱਤ ਵੀ ਬੜੇ ਬੇਵਕੂਫਾ ਵਾਲੇ ਆ ਜਨਤਾ ਵਿਚਾਰੀ ਘਰ ਬੈਠੀ ਰੋਟੀ ਨੂੰ ਡੀਗਦੀ ਆ ਉਹ ਲੂਣ ਧੂੜ ਧੂੜ ਕੇ ਖਾਂਦੀ ਆ ਤੇ ਇਹ ਜਿਨ੍ਹਾਂ ਨੇ ਸਾਰਾ ਮੁਲਕ ਲੁੱਟ ਕੇ ਖਾ ਲਿਆ ਜਿਨ੍ਹਾਂ ਨੇ ਖਜ਼ਾਨੇ ਖਾਲੀ ਕਰ ਦਿੱਤੇ ਆ ਇਹਨਾਂ ਦੇ ਉੱਤੇ ਕੇਸ ਬਣੇ ਹੋਣ ਤੇ ਕੇਸ ਵਾਪਸ ਲੈਣ ਲੱਗਿਆਂ ਲਿਖ ਦਿੰਦੇ ਆ ਇਨ ਪਬਲਿਕ ਇੰਟਰਸਟ ਜਨਤਾ ਦੇ ਹਿੱਤ ਵਿੱਚ ਇਸ ਬੇਈਮਾਨ ਦਾ ਕੇਸ ਆਈ ਵਾਪਸ ਲੰਦੇ ਪਿਆ ਉਹ ਬੇਈਮਾਨਾਂ ਦੇ ਕੇਸ ਅਗੇ ਵੀ ਵਾਪਸ ਲਈ ਹੁਣ ਫੇਰ ਲੈ ਲੈਣਗੇ ਕੀ ਫਰਕ ਪੈਣਗਾ ਅੰਸਰ ਕੇਸ ਦੀ ਤੁਸੀਂ ਗੱਲ ਕਰਦੇ ਕਿ ਬੰਦਾ ਹੋਰ ਉਲਝਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਾਨਹਾਨੀ ਦਾ ਕੇਸ ਹੋ ਗਿਆ ਇਹ ਬਠਿੰਡੇ ਵਾਲੇ ਪਾਸੇ ਪਹਿਲਾਂ ਹੋਇਆ ਸੀ ਹੁਣ ਵੀ ਰੌਲਾ ਉਧਰ ਪੈ ਗਿਆ ਉਹ ਸਾਡੇ ਇੱਕ ਨਾ ਇੱਥੇ ਮੰਤ ਸੇਵਾ ਦਾਸ ਸਿੰਘ ਹੁੰਦਾ ਸੀ ਉਹਨੇ 8 9 10 ਵਾਰ ਮਰਨਵਰਤ ਰੱਖਿਆ ਸੀ ਇੱਕ ਵਾਰੀ ਇੱਥੇ ਜਲੰਧਰੋਂ ਨੇ ਐਲਾਨ ਕੀਤਾ ਕਿ ਮੈਂ ਫੇਰ ਮਰਨਵਰਤ ਰੱਖਣ ਲੱਗਾ ਤੇ ਇੱਕ ਪੱਤਰਕਾਰ ਨੇ ਇਹ ਨਾਲ ਜੀ ਆਖਿਆ ਮਾਤ ਜੀ ਤੁਹਾਡੇ ਚਿਹਰੇ ਤੇ ਤੇ ਰੌਣਕ ਪੂਰੀ ਆ ਤੁਹਾਨੂੰ ਮਰਨ ਵਰਤ ਰੱਖਣ ਲੱਗਾ ਇਹ ਡਰ ਨਹੀਂ ਲੱਗਦਾ ਕਿ ਤੁਸੀਂ ਮਰ ਵੀ ਸਕਦੇ ਹੋ ਹੂੰ ਲੱਗੇ ਇੱਕ ਪੁਰਾਣਾ ਪੱਤਰਕਾਰ ਬੈਠਾ ਸੀ ਉਹ ਕਹਿੰਦਾ ਜਦੋਂ ਪਹਿਲੀ ਵਾਰੀ ਐਲਾਨ ਕੀਤਾ ਉਦੋਂ ਮਾੜਾ ਜਿਹਾ ਡਰ ਲੱਗਦਾ ਸੀ ਹੁਣ ਤਾਂ ਪਤਾ ਹੀ ਆ ਕਿ ਰੱਖਣਾ ਹੀ ਆ ਆਪਾਂ ਕਹੜਾ ਮਰਨ ਲੱਗੇ ਆ ਜੀ ਜਿਹੜੀ ਉਹ ਕਹਾਣੀ ਸੀ ਉਹੋ ਹੀ ਅੱਜ ਇੱਥੇ ਆ ਕੇਜਰੀਵਾਲ ਤੇ ਪਹਿਲਾ ਕੇਸ ਬਣਨ ਲੱਗਾ ਕੇਸ ਬੇਕਮਸੇ ਮਜੀਠੀਏ ਨੇ ਵੀ ਕੀਤਾ ਸੀ ਕੇਜਰੀਵਾਲ ਨੇ ਮਾਫੀ ਮੰਗ ਲਈ ਕੇਸ ਖਤਮ ਹੋ ਗਿਆ ਕੇਸ ਅਰਨ ਜੈਤਲੀ ਨੇ ਕੀਤਾ ਸੀ ਕੇਜਰੀਵਾਲ ਨੇ ਆਖਿਆ ਕਰ ਸਹੀ ਮੈਂ ਵੇਖੂਗਾ ਬੱਜ ਕੇਜਰੀਵਾਲ ਨੇ ਮਾਫੀ ਮੰਗ ਲਈ ਕਿ ਇਸ ਵਾਰ ਸੱਲਿਆ ਹੁਣ ਜੋਜੋ ਜੋਲ ਜੈਜੀਤ ਸਿੰਘ ਜੋਲ ਉਹਨੇ ਵੀ ਕਰਤਾ ਕਿਉਂਕਿ ਇਹਨੇ ਬਠਿੰਡੇ ਚ ਜਾ ਕੇ ਵਪਾਰੀਆਂ ਦੀ ਮੀਟਿੰਗ ਚ ਆਖਿਆ ਸੀ ਕਿ ਤੁਹਾਡੇ ਕੋਲ ਬਠਿੰਡੇ ਚ ਇੱਕ ਜੋਜੋ ਟੈਕਸ ਚੱਲਦਾ ਜੇ ਸਾਡੀ ਸਰਕਾਰ ਅਗੇ ਬੰਦ ਕਰਾ ਦੇਵਾਂਗੇ ਹੁਣ ਸਾਰੇ ਬਠਿੰਡੇ ਜੋਜੋ ਸਿਰਫ ਇੱਕ ਬੰਦੇ ਦੇ ਨਾਮ ਜੀ ਉਹਨੇ ਆਖਿਆ ਜੀ ਮੇਰੇ ਤੇ ਟਕੋਰ ਕੀਤੀ ਅੱਗੇ ਸੁਖਬੀਰ ਸੋ ਬਾਦਲ ਨੇ ਇਹੋ ਗੱਲ ਆਖੀ ਸੀ ਉਹਨੇ ਉੱਤੇ ਕੇਸ ਕਰਤਾ ਸੀ ਹੁਣ ਉਹਤੇ ਕਰਤਾ ਕੇਜਰੀਵਾਲ ਸਾਹਿਬ ਆ ਚੋਣਾ ਲੰਘ ਜਾਣ ਦਿਓ ਉਦੇ ਬਾਅਦ ਕੇਸ ਹੀ ਮਕੋਣਾ ਜੇ ਸੁਖਬੀਰ ਸਿੰਘ ਬਾਦਲ ਦੇ ਸਾਹਦੇ ਤੋਂ ਮਾਫੀ ਮੰਗੀ ਜਾ ਸਕਦੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਸਾਹਦੇ ਤੋਂ ਨਹੀਂ ਮੰਗੀ ਜਾ ਸਕਦੀ ਦੋਵੇਂ ਭਰਾਵਾਂ ਦੇ ਇਹ ਮਾਮਲਾ ਕੁਝ ਵੀ ਨਹੀਂ ਹੋਣਾ ਇਦਾਂ ਦੇ ਕੇਸ ਬੜੀ ਵਾਰ ਨਿਪੜਿਆ ਜਿਹੜੇ ਦਿੱਲੀ ਦੀ ਤਿੰਨ ਵਾਰੀਆਂ ਦੀ ਮੁੱਖ ਮੰਤਰੀ ਸ਼ਿਲਾ ਦੇਖਸ਼ਤ ਉਹਦੇ ਖਿਲਾਫ ਭਾਜਪਾ ਦਾ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਬਹੁਤ ਪੁੱਠਾ ਬੋਲਿਆ ਉਹਨੇ ਮਾੜਾ ਨਹੀਂ ਦੇ ਕੇਸ ਕਰਤਾ 2 ਸਾਲ ਕੇਸ ਚੱਲਦਾ ਰਿਹਾ ਮੁੜ ਕੇ ਮਦਨ ਲਾਲ ਖੁਰਾਣਾ ਮਾਫੀ ਮੰਗਣ ਚਲਾ ਗਿਆ ਇਹ ਤਾਂ ਮੇਰੀ ਭੈਣ ਆ ਮੈਂ ਵੀ ਪੰਜਾਬੀ ਆ ਮੈਂ ਲਾਹੌਰ ਲਾਗੇ ਆਇਆ ਇਹ ਵੀ ਪੰਜਾਬਣਿਆਂ ਕਪੂਰਥਲੇ ਦੇ ਕੰਨਿਆ ਪੁੱਤਰੀ ਪਾਠਸ਼ਾਲਾ ਚ ਪੜ ਕੇ ਆਈ ਐ ਇਹ ਤੇ ਮੇਰੀ ਭੈਣ ਨੇ ਰਖੜੀ ਵੀ ਆਪ ਹੀ ਨਾਲ ਲੈ ਗਿਆ ਫੜ ਭੈਣ ਤੂੰ ਮੈਨੂੰ ਰਖੜੀ ਬਣ ਆ ਕੁਝ ਹੋਇਆ ਸੀ ਅੱਛਾ ਇੱਥੇ ਅ ਹਿਮਾਚਲ ਪ੍ਰਦੇਸ਼ ਦੇ ਇੱਕ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਬਿਆਨ ਦਿੱਤਾ ਉਹ ਮਾਮਲਾ ਬਹੁਤ ਵੱਧ ਗਿਆ ਫਿਰ ਅਮਰਿੰਦਰ ਸੋਨੇ ਆਖਿਆ ਯਾਰ ਮੈਨੂੰ ਤਾਂ ਪਤਾ ਨਹੀਂ ਐਵੇਂ ਹੀ ਦੇ ਬਿੱਟਾ ਚਲ ਚੱਲ ਸੌਰੀ ਗੱਲ ਖਤਮ ਹੋ ਗਈ ਮਾਮਲਾ ਖਤਮ ਹੋ ਗਿਆ ਸੀ ਹੁਣ ਕੇਜਰੀਵਾਲ ਦੇ ਖਿਲਾਫ ਵੀ ਅੱਗੇ ਕਿਤੇ ਕੇਸ ਬਣੇ ਨਹੀਂ ਸੀ ਜੀ ਮੰਤ ਸੇਵਾਦਾਰ ਜਿੰਦਾਬਾਦ ਉਹਨੇ ਮਰਨ ਮਰਤ ਕਈ ਵਾਰ ਰੱਖੇ ਸੀ ਮੁੜ ਕੇ ਉਹ ਫਿਰ ਛੱਡ ਦਿੰਦਾ ਹੁੰਦਾ ਸੀ ਕੇਜਰੀਬਾਦ ਦੇ ਉੱਤੇ ਵੀ ਕੇਸ ਬਣੇ ਕੇਸ ਹੀ ਬਣਦੇ ਆ ਉਹ ਇੱਕ ਕੇਸ ਹੋਰ ਬਣ ਗਿਆ ਆ ਚੋਣਾ ਲੰਘ ਜਾਣ ਤੋਂ ਉਦੋਂ ਬਾਅਦ ਕੇਸ ਕੋਈ ਸਕੋ ਰਹਿਣੇ ਨਹੀਂ ਜੋ ਜੋ ਜੋਲ ਕਹਿੰਦਾ ਕਿ ਮੈਂ ਕੇਸ ਇਹ ਭਾਵੇਂ ਮਾਫੀ ਵੀ ਮੰਗੇ ਛੱਡਣਾ ਨਹੀਂ ਪਰ ਇਹ ਤੇ ਅੱਜ ਦੀ ਗੱਲ ਹੈ ਨਾ ਭਲਕ ਦਾ ਪਰਸੋਂ ਦਾ ਕੀ ਪਤਾ ਭਲਕ ਦਾ ਮਤਲਬ ਕਿ 2022 ਦਾ ਤੇ ਪਰਸੋਂ ਦਾ 2023 ਦਾ ਨਿੱਧ ਪਾਰਲੀਮੈਂਟ ਚੋਣਾਂ ਜਦੋਂ 2024 ਚੋਣੀਆਂ ਉਦੋਂ ਤੱਕ ਜਾ ਕੇ ਨਿਬੜ ਜੇਗਾ ਇਹੋ ਜਿਹੇ ਕੇਸ ਰਹਿਣੇ ਲੱਗ ਦਿੰਦੇ ਜੀ ਕੰਸਬ ਦੇਖਦੇ ਅੱਗੇ ਅੱਗੇ ਕੀ ਹੁੰਦਾ ਪਰ ਤੁਸੀਂ ਖਬਰਾਂ ਤੇ ਹੁਣ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜਰੂਰ ਪਸੰਦ ਆਇਆ ਹੋਣਾ ਕੱਲ ਫਿਰ ਮਿਲਦੇ ਆ ਨਵੇਂ ਪ੍ਰੋਗਰਾਮ ਨਾਲ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ